ਸਤਿ ਸ਼੍ਰੀ ਅਕਾਲ ਜੀ, ਸਾਰਾ ਦਾ ਬਹੁਤ ਬਹੁਤ ਸਵਾਗਤ ਹੈ। ਫਿਰ ਤੋਂ ਹਾਜ਼ਰ ਹੋ ਗਏ ਹਾਂ ਜੀ ਇਮੀਗ੍ਰੇਸ਼ਨ ਸਾਇੰਸ ਵਿਦ ਮਨਦੀਪ ਪ੍ਰੋਗਰਾਮ ਲੈ ਕੇ, ਔਰ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਪ੍ਰੋਵਾਈਡਰਸ ਤੋਂ ਮਿਸਟਰ ਮਨਦੀਪ ਸਿੰਘ ਔਲਖ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਸੋ ਜਿਸ ਤਰੀਕੇ ਨਾਲ ਤੁਹਾਨੂੰ ਵਾਅਦਾ ਕੀਤਾ ਸੀ ਵੀ ਨੈਕਸਟ ਟਾਈਮ ਜਿਹੜਾ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ, ਔਰ ਤੁਹਾਡੇ ਜਿਹੜੇ ਕਮੈਂਟਸ ਨੇ ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਸ਼ੋਅ ਦੀ ਸੀਰੀਜ਼ ਹੈ ਉਹਨੂੰ ਚਲਾਵਾਂਗੇ। ਤਾਂ ਅੱਜ ਜਿਹੜੇ ਹੋਰ ਸਾਡੇ ਦਰਸ਼ਕ ਨੇ ਸਾਨੂੰ ਕਮੈਂਟ ਕਰ ਰਹੇ ਨੇ, ਉਹਨਾਂ ਦੇ ਸਵਾਲ ਦਾ ਅਸੀਂ ਇਸ ਸ਼ੋਅ ਦੇ ਤਹਿਤ ਜਵਾਬ ਦੇਵਾਂਗੇ। ਸਭ ਤੋਂ ਪਹਿਲਾਂ ਸਰ ਨੰਨੂ ਸ਼ਰਮਾ ਦੀ ਗੱਲ ਕਰ ਲੈਂਦੇ ਹਾਂ। ਨੰਨੂ ਸ਼ਾਨੂ 493 ਇਹਨਾਂ ਦਾ ਕਮੈਂਟ ਹੈ ਕਿ ਕੀ ਸਪਾਊਸ ਨੂੰ ਆਪਣੇ ਕੋਲ ਤੁਸੀਂ ਬੁਲਾ ਸਕਦੇ ਹੋ, ਅਤੇ ਜੇਕਰ ਬੁਲਾ ਸਕਦੇ ਹੋ ਮਲ ਟੱਚ ਤਾਂ ਕਿੰਨੇ ਸਮੇਂ ਬਾਅਦ ਤੁਸੀਂ ਇਨਵਾਈਟ ਕਰੋਗੇ, ਇਸਦਾ ਕੀ ਕਹੋਗੇ ਸਰ? ਹਾਂਜੀ, ਇਹਨਾਂ ਦਾ ਇਹ ਹੈ ਕਿ ਬਿਲਕੁਲ ਇਹ ਆਪਣੇ ਸਪਾਊਸ ਨੂੰ ਬੁਲਾ ਸਕਦੇ ਆ। ਜਿਸ ਤਰ੍ਹਾਂ ਹੀ ਤੁਸੀਂ ਉੱਥੇ ਲੈਂਡ ਹੁੰਦੇ ਹੋ, ਤੁਸੀਂ ਆਪਣਾ TRC ਅਪਲਾਈ ਕਰਦੇ ਹੋ, TRC ਮਿਲਣ ਤੋਂ ਬਾਅਦ ਤੁਸੀਂ ਆਪਣੀ ਸਪੌਂਸਰ ਭੇਜ ਕੇ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ। ਤੁਹਾਡੇ ਸਪਾਊਸ ਨੇ ਉਹ ਟੂਰਿਸਟ ਵੀਜ਼ਾ ਤੇ ਜਾਣਗੇ। ਠੀਕ ਹੈ, ਇਹਦੇ ਵਾਸਤੇ ਸਰ ਕੋਈ ਇਹ ਤਾਂ ਨਹੀਂ ਹੈ ਕਿ ਮੈਰਿਜ ਕਿੰਨੀ ਪੁਰਾਣੀ ਔਰ ਉਹ ਸਾਰੀਆਂ ਚੀਜ਼ਾਂ? ਨਹੀਂ, ਇੱਦਾਂ ਕੁਛ ਨਹੀਂ ਹੈ, ਮੈਰਿਜ ਵਾਲਾ ਕੋਈ ਸੀਨ ਨਹੀਂ ਹੈ। ਠੀਕ ਹੈ, ਤਾਂ ਮੈਮ ਹੋਪਫੁਲੀ ਕਿ ਤੁਹਾਨੂੰ ਤੁਹਾਡਾ ਆਂਸਰ ਮਿਲ ਗਿਆ ਹੋਏਗਾ। ਨੈਕਸਟ ਕਮੈਂਟ ਹੈ ਜੀ 13 ਅਰਸ਼ ਦਾ 2158, ਇਹ ਜਾਣਨਾ ਚਾਹੁੰਦੇ ਨੇ ਕਿ ਕੀ 10ਵੀਂ ਤੋਂ ਬਾਅਦ ਮਾਲਟਾ ਤੁਹਾਨੂੰ ਕੋਈ ਆਪਸ਼ਨ ਦਿੰਦਾ ਸਟੱਡੀ ਵੀਜ਼ਾ ਦੇ ਲਈ? ਹਾਂਜੀ ਬਿਲਕੁਲ, ਜਿਸ ਤਰ੍ਹਾਂ ਇੰਡੀਆ ਦੇ ਵਿੱਚ 10th ਤੋਂ ਬਾਅਦ ਕਾਫੀ ਆਪਸ਼ਨਸ ਨੇ ਸਟੱਡੀ ਦੀਆਂ, ਡਿਪਲੋਮੇ ਦੀਆਂ ਆਪਸ਼ਨ ਹੈ, ਇਸੇ ਤਰ੍ਹਾਂ ਮਾਲਟਾ ਦੇ ਵਿੱਚ ਵੀ ਹੈ। ਮਤਲਬ ਤੁਸੀਂ ਅਗਰ 10th ਤੁਹਾਡੀ ਕੀਤੀ ਹੋਈ ਹੈ ਤਾਂ ਉਸ ਤੋਂ ਬਾਅਦ ਤੁਸੀਂ ਅੱਗੇ ਫਰਦਰ ਸਟੱਡੀ ਵਾਸਤੇ ਜਾ ਸਕਦੇ ਹੋ। ਠੀਕ ਹੈ ਜੀ, ਨੈਕਸਟ ਜਿਹੜਾ ਸਾਡਾ ਕਮੈਂਟ ਹੈ ਉਹ ਹੈਗਾ ਜੀ ਯੋਗੇਸ਼ ਮਦਾਨ 1596, ਉਹਨਾਂ ਦਾ ਸਵਾਲ ਹੈ ਕਿ ਜਨਾਬ ਮੇਰੀ ਧੀ 12ਵੀਂ ਪਾਸ ਹੋਈ ਹੈ ਅਤੇ ਜਨਵਰੀ ਇਨਟੇਕ ਦੀ ਫਾਈਲ ਲਵਾਉਣਾ ਚਾਹੁੰਦੇ ਹਾਂ, ਅਤੇ ਤੁਸੀਂ ਕਿੱਥੇ ਹੋ ਜਾਣਨਾ ਚਾਹੁੰਦੇ ਨੇ ਜੀ? ਸਾਡਾ ਆਫਿਸ ਹੈੱਡ ਆਫਿਸ ਹੈ ਮੋਹਾਲੀ। ਤੁਸੀਂ ਮੋਹਾਲੀ ਗੂਗਲ 'ਤੇ ਸਰਚ ਕਰੋਗੇ ਤਾਂ ਤੁਹਾਨੂੰ ਸਾਰਾ ਐਡਰੈਸ ਮਿਲ ਜਾਣਾ, ਨੈਵੀਗੇਟਰ ਤੁਹਾਡੇ ਸਾਨੂੰ ਤੁਹਾਨੂੰ ਸਾਡੇ ਦਫ਼ਤਰ ਦੇ ਬਾਹਰ ਲੈ ਕੇ ਆਏਗਾ। ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ +2 ਕਰੀ ਹੈ ਮੇਰੀ ਬੇਟੀ ਨੇ, +2 ਤੋਂ ਬਾਅਦ ਕਾਫੀ ਆਪਸ਼ਨਸ ਨੇ, ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਜਾਂ ਫਿਰ ਸਾਡੀ ਕਿਸੇ ਬ੍ਰਾਂਚ 'ਚ ਵੀ ਜਾ ਸਕਦੇ ਹੋ। ਬਰਨਾਲੇ ਹੈ ਸਾਡੀ ਬ੍ਰਾਂਚ, ਜਾਂ ਅੰਮ੍ਰਿਤਸਰ ਹੈ, ਲੁਧਿਆਣਾ ਹੈ, ਮੁਕਤਸਰ ਹੈ, ਤੁਸੀਂ ਕਿਸੇ ਵੀ ਬ੍ਰਾਂਚ 'ਚ ਜਾ ਸਕਦੇ ਹੋ। ਹਾਂਜੀ, ਸੋ ਨੇੜਲੀ ਤੁਹਾਨੂੰ ਜਿਹੜੀ ਵੀ ਬ੍ਰਾਂਚ ਪੈਂਦੀ ਹੈ ਤੁਸੀਂ ਅਪੁਆਇੰਟਮੈਂਟ ਲੈ ਕੇ ਉੱਥੇ ਮੁਲਾਕਾਤ ਕਰ ਸਕਦੇ ਹੋ। ਔਰ ਜੇਕਰ ਤੁਸੀਂ ਮਨਦੀਪ ਸਰ ਨਾਲ ਮੁਲਾਕਾਤ ਕਰਨੀ ਹੈ ਤਾਂ ਮੋਸਟਲੀ ਮਨਦੀਪ ਸਰ ਮੋਹਾਲੀ ਆਫਿਸ ਦੇ ਵਿੱਚ ਹੁੰਦੇ ਨੇ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਪ੍ਰਭਜੋਤ ਚਾਲ 2603 ਦਾ। ਪ੍ਰਭਜੋਤ ਪੁੱਛਣਾ ਚਾਹੁੰਦੀ ਹੈ ਕਿ ਉਹ ਅਪਲਾਈ ਕਰਨਾ ਚਾਹੁੰਦੀ ਹੈ ਪਰ ਉਹਨਾਂ ਦਾ ਬੈਂਡ ਸਕੋਰ ਘੱਟ ਹੈ, ਬਾਕੀ ਉਹਨਾਂ ਨੇ ਪੂਰੀ ਪ੍ਰੋਫਾਈਲ ਉਹਨਾਂ ਨੇ ਸ਼ੇਅਰ ਨਹੀਂ ਕੀਤੀ ਹੈ, ਬਟ ਬੈਂਡ ਸਕੋਰ ਘੱਟ ਹੈ ਅਤੇ ਇਟ ਮੀਨਸ ਵਿਦਆਊਟ ਆਲਸ ਮਾਲਟਾ ਦਾ ਆਪਸ਼ਨਸ ਹੈ ਅੱਜ ਦੀ ਤਰੀਕ 'ਚ। ਹਾਂਜੀ ਮੈਮ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਮਾਲਟਾ ਇੱਕ ਇਸ ਤਰ੍ਹਾਂ ਦੀ ਕੰਟਰੀ ਹੈ, ਸ਼ੈਨਗਨ ਕੰਟਰੀ ਹੈ, ਜਿਹਦੇ ਵਿੱਚ ਵਿਦਆਊਟ ਆਇਲਸ ਤੁਸੀਂ ਕਰ ਸਕਦੇ ਹੋ। ਈਵਨ ਕਿ ਅਗਰ ਕੋਈ ਬੱਚਾ +2 ਫੇਲ ਹੋ ਚੁੱਕਾ ਤਾਂ ਉਹ 10th ਦੇ ਬੇਸ 'ਤੇ ਅੱਗੇ ਉੱਥੇ ਵੀ ਅਪਲਾਈ ਕਰ ਸਕਦਾ। ਤੁਹਾਡੇ ਪਰਸੈਂਟੇਜ ਇੱਥੇ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ ਵੀ 70-80% ਚਾਹੀਦੇ, ਵਿਦਆਊਟ ਆਇਲਸ ਤੁਹਾਡੇ ਜੋ ਵੀ ਪਰਸੈਂਟ ਹੈ ਤੁਸੀਂ ਉਹਦੇ ਨਾਲ ਕਰ ਸਕਦੇ। ਠੀਕ ਹੈ ਜੀ, ਅਗਲਾ ਕਮੈਂਟ ਹੈ ਜੀ ਮਨਜੀਤ ਸਿੰਘ 9674 ਦਾ। 12ਵੀਂ 2015 'ਚ ਕੀਤੀ ਹੈ ਅਤੇ ਉਸ ਤੋਂ ਬਾਅਦ ਘਰ ਦਾ ਕੰਮ ਕਾਰ ਕੀਤਾ ਹੈ, ਥੋੜ੍ਹਾ ਬਹੁਤ ਖੇਤੀਬਾੜੀ ਵੀ ਕੀਤੀ ਹੈ, ਅਤੇ ਉਹਨਾਂ ਨੂੰ ਮਾਲਟਾ ਸਟੱਡੀ ਵੀਜ਼ਾ ਮਿਲ ਸਕਦਾ? ਹਾਂਜੀ ਬਿਲਕੁਲ ਮਿਲ ਸਕਦਾ ਜੀ। 15 ਪਾਸ ਆਊਟ ਹੋ ਤੁਸੀਂ, 15 ਪਾਸ ਆਊਟ ਤੋਂ ਬਾਅਦ ਤੁਸੀਂ ਆਪਣਾ ਘਰ ਦਾ ਕਿੱਤਾ ਦਿਖਾ ਸਕਦੇ ਹੋ ਕਿ ਮੈਂ ਘਰੇ ਆਪਣੇ ਫਾਦਰ ਦੇ ਨਾਲ ਐਗਰੀਕਲਚਰ ਕਰਦਾ ਸੀਗਾ, ਉਸ ਬੇਸ 'ਤੇ ਤੁਸੀਂ ਆਪਣਾ ਮਾਲਟਾ ਦੇ ਵਿੱਚ ਵੀਜ਼ਾ ਲਗਵਾ ਸਕਦੇ ਹੋ। ਜਨਵਰੀ ਇਨਟੇਕ ਕਲੋਜ਼ ਹੋ ਚੁੱਕਾ, ਨੈਕਸਟ ਇਨਟੇਕ ਅਪ੍ਰੈਲ ਹੈ, ਤੁਸੀਂ ਉਹਦੇ ਵਿੱਚ ਐਡਮਿਸ਼ਨ ਪਾ ਸਕਦੇ ਹੋ। ਠੀਕ ਹੈ ਜੀ, ਮੇਟਾ ਬੈਕਪੈਕਰ ਕਹਿੰਦੇ ਨੇ ਕਿ ਗ੍ਰੇਟ ਇਨਸਾਈਟ ਮਨਦੀਪ ਸਰ, ਥੈਂਕ ਯੂ ਫੋਰ ਸ਼ੇਅਰਿੰਗ, ਸਾਡੇ ਸ਼ੋਅ ਤੋਂ ਲੋਕ ਬਹੁਤ ਇੰਸਪਾਇਰ ਹੋ ਰਹੇ ਨੇ। ਨੈਕਸਟ ਕਮੈਂਟ ਹੈ ਜੀ ਜੀਤ ਸਿੰਘ 5089 ਕਹਿੰਦੇ ਨੇ ਕਿ ਆਰਟਸ ਸਟੂਡੈਂਟ ਹੈ, ਕੀ ਉਹ ਅਪਲਾਈ ਕਰ ਸਕਦੇ ਨੇ ਆਰਟਸ ਤੋਂ ਬਾਅਦ? ਬਿਲਕੁਲ ਜੀ ਬਿਲਕੁਲ, ਹੌਸਪਿਟੈਲਿਟੀ ਦੇ ਕੋਰਸਿਸ ਨੇ, ਆਰਟਸ ਤੋਂ ਬਾਅਦ ਤੁਸੀਂ ਉਹ ਕੋਰਸ ਲੈ ਕੇ ਅੱਗੇ ਅਪਲਾਈ ਕਰ ਸਕਦੇ ਹੋ, ਚਾਹੇ ਤੁਸੀਂ +2 ਹੋ, ਗ੍ਰੈਜੂਏਟ ਹੋ, ਬਿਲਕੁਲ ਮੌਕਾ ਮਿਲ ਸਕਦਾ। ਠੀਕ ਹੈ, ਅਗਲਾ ਕਮੈਂਟ ਹੈ ਜੀ ਯੂਜ਼ਰ KU4ER ਦਾ ਕਿ 12ਵੀਂ 2019 'ਚ ਕਰੀ ਹੈ, 80% ਨੰਬਰ, HBSC ਬੋਰਡ ਅਤੇ PT ਦਾ ਸਕੋਰ ਹੈ 53, ਨੋਟ ਲੈਸ ਦੈਨ 50, ਮੌਕਾ ਮਿਲੇਗਾ ਮਾਲਟਾ ਦੇ ਲਈ? ਬਿਲਕੁਲ ਮਿਲੇਗਾ, ਅੱਛਾ ਪ੍ਰੋਫਾਈਲ ਹੈ। ਠੀਕ ਹੈ, ਤੁਸੀਂ ਇਸ ਪ੍ਰੋਫਾਈਲ ਨਾਲ ਡੈਫੀਨੇਟਲੀ ਵੀਜ਼ਾ ਲੈ ਸਕਦੇ ਹੋ, ਤੁਹਾਡਾ ਪ੍ਰੋਫਾਈਲ ਬਹੁਤ ਅੱਛਾ ਹੈ, ਔਰ ਅੱਜ ਦੇ ਟਾਈਮ ਤਾਂ ਤੁਹਾਡੀ ਫਾਈਲ ਵੀ ਆਨਲਾਈਨ ਜਾਂਦੀ ਹੈ, ਫਿਜ਼ੀਕਲ ਵਾਲਾ ਤਾਂ ਕੰਮ ਹੁਣ ਨਹੀਂ ਹੋ ਰਿਹਾ, ਜਨਵਰੀ ਇਨਟੇਕ ਵਾਸਤੇ ਮੋਸਟਲੀ ਸਭ ਦੀ ਫਾਈਲ ਆਨਲਾਈਨ ਜਾ ਰਹੀ ਹੈ। ਠੀਕ ਹੈ, ਅਤੇ ਇਨਟੇਕ ਸਰ ਕਿਹੜਾ ਅਵੇਲੇਬਲ ਹੈ ਸਾਡੇ ਕੋਲ ਫਿਲਹਾਲ ਦੇ ਲਈ ਅੱਜ ਦੀ ਤਰੀਕ ਦੇ ਵਿੱਚ? ਅਪ੍ਰੈਲ ਇਨਟੇਕ ਦੇ ਵਿੱਚ ਤੁਸੀਂ ਆਪਣੀ ਫਾਈਲ ਲਾ ਸਕਦੇ ਹੋ, ਅਗਰ ਤੁਸੀਂ ਮਾਲਟਾ ਜਾਣ ਦੇ ਵਿੱਚ
ਇੰਟਰਸਟਿਡ ਹੋ ਗਏ ਹੋ ਓਕੇ ਇੱਕ ਵਾਰੀ ਥੋੜੀ ਜਿਹੀ ਐਲੀਜੀਬਿਲਟੀ ਤੇ ਵੀ ਗੱਲ ਕਰ ਲੈਣੇ ਫਿਰ ਹੋਰ ਬਾਕੀ ਕਮੈਂਟਸ ਨੂੰ ਵੀ ਪੜਦੇ ਆ ਕਿ ਅੱਜ ਕੌਣ ਐਲੀਜੀਬਲ ਹੈ ਇਨਟੇਕ ਜਿਵੇਂ ਅਪ੍ਰੈਲ ਇਨਟੇਕ ਹੈ ਪ੍ਰੋਸੈਸਿੰਗ ਟਾਈਮ ਕਿੰਨੇ ਦਿਨਾਂ ਦਾ ਹੈ ਔਰ ਇੰਟਰਵਿਊ ਦੀ ਡੇਟਸ ਮਿਲ ਰਹੀਆਂ ਹੈਗੀਆਂ ਨੇ ਹਾਂਜੀ ਬਿਲਕੁਲ ਜਨਵਰੀ ਇਨਟੇਕ ਦੀ ਮੈਂ ਜਿਵੇਂ ਕਿ ਦੱਸਿਆ ਸੀਗਾ ਡੇਲੀ 10-12 ਬੱਚਿਆਂ ਦੀ ਫਾਈਲ ਸਬਮਿਟ ਹੋ ਰਹੀ ਹੈ ਔਰ ਅਪ੍ਰੈਲ ਇਨਟੇਕ ਵਾਸਤੇ ਜੋ ਹੁਣ ਬੱਚੇ ਐਡਮਿਸ਼ਨ ਕਰਵਾ ਰਹੇ ਆ ਉਹ ਉਹਨਾਂ ਦਾ ਬਿਲਕੁਲ ਸਹੀ ਸਮਾਂ ਤੁਸੀਂ ਦੇਰ ਨਾ ਕਰੋ ਕਿਉਂਕਿ ਜਨਵਰੀ ਇਨਟੇਕ ਵਾਸਤੇ ਕਈ ਬੱਚੇ ਰਹਿ ਗਏ ਜੋ ਕਿ ਕਹਿੰਦੇ ਅਸੀਂ ਜਨਵਰੀ ਇਨਟੇਕ ਵਿੱਚ ਜਾਣਾ ਹੁਣ ਉਹ ਅਪ੍ਰੈਲ ਇਨਟੇਕ ਵਿੱਚ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਸੋਚਿਆ ਸੀ ਕੋਈ ਗੱਲ ਨਹੀਂ ਅਸੀਂ ਇਨਟੇਕ ਦੇ ਨਜ਼ਦੀਕ ਆ ਕੇ ਐਡਮਿਸ਼ਨ ਲੈ ਲਾਂਗੇ ਤਾਂ ਇਸ ਕਰਕੇ ਪਹਿਲਾਂ ਵਾਲੇ ਜਿੰਨੀਆਂ ਫਾਈਲ ਸਬਮਿਟ ਹੋਈਆਂ ਨੇ ਉਹਨਾਂ ਦੀ ਫਾਈਲਾਂ ਹੁਣ ਲੌਂਚ ਹੋ ਰਹੀਆਂ ਨੇ ਤੇ ਜੇ ਤੁਸੀਂ ਹੁਣ ਅਪ੍ਰੈਲ 'ਚ ਜਾਣਾ ਤਾਂ ਦੇਰੀ ਨਾ ਕਰੋ ਤੇ ਹੁਣੇ ਅਪਲਾਈ ਕਰ ਲਓ ਬਿਲਕੁਲ ਜੀ ਅਗਲਾ ਕਮੈਂਟ ਹੈ ਵਿਸ਼ਾਲ ਭਾਰਦਵਾਜ ਦਾ 5.5 ਬੈਂਡ ਨੇ ਰੀਡਿੰਗ 'ਚ 6 ਨੇ ਰਾਈਟਿੰਗ ਸਪੀਕਿੰਗ ਔਰ ਲਿਸਨਿੰਗ 'ਚ 5.5 ਹੈ ਬਾਰਵੀਂ ਕੀਤੀ ਹੈ 2021 ਦੇ ਵਿੱਚ ਅਤੇ ਆਰਟਸ ਦੇ ਨਾਲ ਅਤੇ ਮੈਥ ਉਹਨਾਂ ਕੋਲ ਨਹੀਂ ਹੈਗਾ ਕਿ ਉਹ ਅਪਲਾਈ ਕਰ ਸਕਦੇ ਨੇ ਆਸਟ੍ਰੇਲੀਆ ਦੇ ਲਈ ਆਪਸ਼ਨ ਹੈਗਾ ਕੋਈ 2021 ਪਾਸ ਆਊਟ ਆਸਟ੍ਰੇਲੀਆ 2021 ਪਾਸ ਆਊਟ ਲਈ ਆਸਟ੍ਰੇਲੀਆ ਕਲੋਜ਼ ਹੋ ਚੁੱਕਾ ਹੈ ਤੁਸੀਂ ਅਗਰ ਵੀਜ਼ਾ ਲੈਣਾ ਤਾਂ 22 ਪਾਸ ਆਊਟ ਦੇ ਨਾਲ ਹੀ ਵੀਜ਼ਾ ਲੈਣ ਬੈਟਰ ਹੈ ਕਿ ਤੁਸੀਂ 22 ਪਾਸ ਆਊਟ ਬੱਚਾ ਹੀ ਅਪਲਾਈ ਕਰੇ ਜੇ ਪਲੱਸ ਟੂ ਹੈ ਜੇ ਗ੍ਰੈਜੂਏਟ ਹੈ ਫਿਰ ਹਾਂ ਤੁਸੀਂ 2-4 ਸਾਲ ਦਾ ਜਿੱਦਾਂ ਦਾ ਗੈਪ ਹੈ ਉਹ ਗ੍ਰੈਜੂਏਟ ਬੱਚਾ ਅਪਲਾਈ ਕਰ ਸਕਦਾ ਠੀਕ ਹੈ ਸੋ ਗ੍ਰੈਜੂਏਟ ਬੱਚਾ ਅਪਲਾਈ ਕਰ ਸਕਦਾ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਸਾਡੇ ਨਾਲ ਤੁਸੀਂ ਜੁੜ ਸਕਦੇ ਹੈਗੇ ਹੋ ਸਰ ਗੁਰਪ੍ਰੀਤ ਦਾ ਸਵਾਲ ਹੈ ਕਿ ਮਾਸਟਰ ਡਿਗਰੀ ਉਹਨਾਂ ਨੇ ਆਲਰੇਡੀ ਇੰਡੀਆ 'ਚ ਕੀਤੀ ਹੈ 2018 ਦੇ ਵਿੱਚ ਉਸ ਤੋਂ ਬਾਅਦ 2 ਸਾਲ ਨੌਕਰੀ ਕੀਤੀ ਪਰ ਫਿਲਹਾਲ ਦੀ ਤਰੀਕ 'ਚ ਵਿਹਲੇ ਨੇ ਆਇਲਸ ਨਹੀਂ ਕੀਤੀ ਮਾਲਟਾ ਮਿਲੇਗਾ ਉਹਨਾਂ ਨੂੰ ਆਪਸ਼ਨ ਦੇ ਵਿੱਚ ਮਾਲਟਾ ਬਿਲਕੁਲ ਮਿਲੇਗਾ ਜੀ ਮਾਲਟਾ ਲਈ ਉਹਨਾਂ ਕੋਲ ਲੈਵਲ 7 ਦਾ ਕੋਰਸ ਹੈਗਾ ਓਕੇ ਉਹ ਅਪਲਾਈ ਕਰ ਸਕਦੇ ਆ ਉਹਦੇ ਵਿੱਚ ਉਹਨਾਂ ਦੀ ਉਹਨਾਂ ਲਈ ਇੱਕ ਬਹੁਤ ਬੈਨੀਫਿਸ਼ੀਅਲ ਗੱਲ ਇਹ ਹੈ ਕਿ ਉਹਦੇ 'ਚ ਫੀਸ ਘੱਟ ਜਾਂਦੀ ਹੈ ਸਾਲ ਦੀ ਫੀਸ ਹੈਗੀ ਹੈ 9550 ਯੂਰੋ ਠੀਕ ਹੈ ਔਰ ਉਹ 50% ਪੇ ਕਰਕੇ ਮਾਲਟਾ ਜਾ ਸਕਦੇ ਟੋਟਲ ਕਿੰਨਾ ਅਕਸਰ ਸਾਨੂੰ ਫੀਸ ਦਾ ਬਜਟ ਬਣਾ ਕੇ ਚੱਲਣਾ ਪਏਗਾ ਮਾਲਟਾ ਜਾਣ ਦੇ ਲਈ ਦੇਖੋ ਜੋ ਮਾਸਟਰ ਸਟੂਡੈਂਟ ਹੈ ਉਹਦਾ ਖਰਚਾ ਘੱਟ ਹੈ ਕਿਉਂਕਿ ਉਹ 50% ਨਾਲ ਐਡਮਿਸ਼ਨ ਹੋ ਜਾਂਦੀ ਹੈ 50% ਫੀਸ ਭਰ ਕੇ ਜਾ ਸਕਦੇ ਜਿਹਦਾ ਕਿ ਖਰਚਾ 5-7 ਲੱਖ ਰੁਪਏ ਵੀ ਨਹੀਂ ਆਉਂਦਾ ਓਕੇ ਤੇ ਜਿਹੜਾ ਪਲੱਸ ਟੂ ਬੱਚਾ ਉਹਦਾ ਤਕਰੀਬਨ 7-7.5 ਦੇ ਆਸ ਪਾਸ ਖਰਚਾ ਆ ਜਾਂਦਾ ਠੀਕ ਹੈ ਉਹਦੇ ਵਿੱਚ ਵੀ ਕਈ ਕਾਲਜ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਿ ਪਹਿਲਾਂ ਕੁਛ ਘੱਟ ਫੀਸ ਲੈਂਦੇ ਆ ਤੇ ਉਹਦੇ ਵਾਸਤੇ ਤੁਸੀਂ ਅੱਛਾ ਆਪਸ਼ਨ ਮਿਲ ਸਕਦੇ ਆ ਅੱਛਾ ਇੱਥੇ ਸਰ ਜਿੱਦਾਂ ਆਪਾਂ ਹੋਰ ਕੰਟਰੀਜ਼ ਦੀ ਗੱਲ ਕਰਦੇ ਹੁੰਦੇ ਹਾਂ ਕਾਲਜਸ ਦੀ ਗੱਲ ਕਰਦੇ ਹਾਂ ਵੀ ਪ੍ਰਾਈਵੇਟ ਨੇ ਪਬਲਿਕ ਨੇ ਸਕਸੈਸ ਰੇਟ ਹੁੰਦਾ ਹੈ ਇੱਥੇ ਵੀ ਐਸਾ ਕੁਛ ਹੁੰਦਾ ਹੈ ਕਿ ਸਾਰੇ ਸੇਮ ਨਹੀਂ ਹੈ ਉੱਥੇ ਚਾਹੇ ਪਬਲਿਕ ਹੈ ਚਾਹੇ ਪ੍ਰਾਈਵੇਟ ਹੈ ਚਾਹੇ ਗਵਰਨਮੈਂਟ ਹੈ ਜਾਂ ਪ੍ਰਾਈਵੇਟ ਹੈ ਉਹ ਸਾਰੇ ਇੱਕੋ ਹੀ ਉਹਨਾਂ ਨੇ ਸਿਰਫ ਪ੍ਰੋਫਾਈਲ ਦੇਖਣੀ ਹੈ ਬੱਚੇ ਦੀ ਬੱਚਾ ਇੰਟਰਵਿਊ ਦੇ ਵਿੱਚ ਕਿੱਦਾਂ ਦਾ ਠੀਕ ਹੈ ਉਹ ਜੋ ਕੁਐਸਚਨਸ ਹੈਗੇ ਆ ਉਹਦੇ ਆਨਸਰ ਕਰ ਪਾਉਂਦਾ ਜਾਂ ਨਹੀਂ ਕਰ ਪਾਉਂਦਾ ਬੇਸਿਕਲੀ ਉਹਨਾਂ ਨੇ ਥੋੜੇ ਕਮਿਊਨੀਕੇਸ਼ਨ ਸਕਿੱਲ ਦੇਖਣੇ ਬਹੁਤ ਲੰਬੇ ਚੋੜੀ ਕੋਈ ਇੰਟਰਵਿਊ ਨਹੀਂ ਹੁੰਦੀ ਉਸ ਦੇ ਬੇਸ ਤੇ ਵੀਜ਼ਾ ਮਿਲ ਜਾਂਦਾ ਇਹ ਕੋਈ ਮੈਟਰ ਨਹੀਂ ਕਰਦਾ ਕਿ ਉਹਨੇ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਹੈ ਨਹੀਂ ਲਈ ਜਾਂ ਪ੍ਰਾਈਵੇਟ 'ਚ ਕਿਉਂ ਲਿਆ ਠੀਕ ਹੈ ਹਾਂ ਇੱਦਾਂ ਦਾ ਕੁਛ ਉਹ ਕੋਈ ਖਾਸੀਆਂ ਗੱਲਾਂ ਨਹੀਂ ਹੈ ਓਕੇ ਹਰਜੀਤ ਸਿੰਘ ਦਾ ਸਵਾਲ ਹੈ ਕਿ ਕੀ ਤੁਸੀਂ ਟਰੈਵਲ ਕਰ ਸਕਦੇ ਹੋ ਜੇ ਅਸੀਂ ਮਾਲਟਾ ਚਲੇ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਜੇ ਅਸੀਂ ਕਿਤੇ ਹੋਰ ਜਾਣਾ ਹੋਵੇ ਕੰਟਰੀ 'ਚ ਤਾਂ ਅਸੀਂ ਘੁੰਮਣ ਫਿਰਨ ਲਈ ਜਾ ਸਕਦੇ ਹਾਂ ਕਿ ਨਹੀਂ ਬਿਲਕੁਲ ਹਰਜੀਤ ਤੁਸੀਂ ਜਾ ਸਕਦੇ ਹੋ ਅਗਰ ਤੁਹਾਡਾ ਸਟੂਡੈਂਟ ਵੀਜ਼ਾ ਮਾਲਟਾ ਦਾ ਲੱਗਿਆ ਅਗਰ ਤੁਸੀਂ TRC ਕਾਰਡ ਅਪਲਾਈ ਕਰ ਲਿਆ ਤੁਹਾਡਾ ਤੁਹਾਨੂੰ ਮਿਲ ਗਿਆ ਤਾਂ ਤੁਸੀਂ ਕਿਸੇ ਵੀ ਕੰਟਰੀ ਜਾਓ ਠੀਕ ਹੈ ਨੈਕਸਟ ਸਾਡੇ ਨਾਲ ਹੈ ਜੀ VS ਢਿੱਲੋ 1022 ਹੈਲੋ ਸਰ ਆਮ ਫਰੋਮ ਮਾਨਸਾ ਆਈ ਵਾਂਟ TC ਨੋ ਦੈਟ ਆਈ ਐਮ ਇਲੀਜੀਬਲ ਟੂ ਗੈਟ ਨਿਊਜ਼ੀਲੈਂਡ ਨਿਊਜ਼ੀਲੈਂਡ ਬਾਰੇ ਵੀ ਕੁਐਰੀ ਹੈਗੀ ਹੈ ਨਿਊਜ਼ੀਲੈਂਡ ਚੱਲ ਰਿਹਾ ਸਰ ਅੱਜ ਦੀ ਤਰੀਕ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਸਲੋ ਬਹੁਤ ਹੀ ਜ਼ਿਆਦਾ ਸਲੋ ਅਗਰ ਤੁਹਾਡੇ ਕੋਲ ਆਪਣੇ 6 ਮੰਥ ਪੁਰਾਣੇ ਫੰਡਸ ਹੈਗੇ ਆ ਦੈਨ ਫਿਰ ਤੁਸੀਂ ਨਿਊਜ਼ੀਲੈਂਡ ਲਈ ਫਾਈਲ ਅਪਲਾਈ ਕਰੋ ਨਿਊਜ਼ੀਲੈਂਡ 5.5 ਬੈਂਡ ਤੇ ਵੀ ਐਪਲੀਕੇਸ਼ਨ ਲੱਗ ਜਾਂਦੀ ਹੈ 2-4 ਸਾਲ ਦਾ ਗੈਪ ਵੀ ਚੱਲ ਜਾਂਦਾ ਓਕੇ ਬਟ ਸਿਰਫ ਇੱਕੋ ਜਗ੍ਹਾ ਤੇ ਆ ਕੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਜਦੋਂ ਤੁਹਾਡੇ ਕੋਲ ਫੰਡ 6 ਮੰਥ ਪੁਰਾਣੇ ਨਹੀਂ ਹੁੰਦੇ ਠੀਕ ਹੈ ਬੀਜੇ ਰੰਧਾਵਾ ਦਾ ਸਵਾਲ ਹੈ ਕਿ ਕੀ ਡਿਸਟੈਂਸ ਐਜੂਕੇਸ਼ਨ ਨਾਲ 12ਵੀਂ ਕੀਤੀ ਹੈ ਉਹਦੇ ਨਾਲ ਉਹ ਯੂਰਪ ਦੀ ਕਿਸੇ ਕੰਟਰੀ 'ਚ ਜਾਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਲਈ ਜਾ ਸਕਦੇ ਦੇਖੋ ਡਿਸਟੈਂਸ ਐਜੂਕੇਸ਼ਨ ਨਾਲ ਕੈਨੇਡਾ ਵਿੱਚ ਤਾਂ ਪੋਸੀਬਲ ਨਹੀਂ ਹੈ ਹਾਂ ਬਟ ਮਾਲਟਾ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਮਾਲਟਾ ਦਾ ਬੈਨੀਫਿਟ ਇਹ ਹੈ ਕਿ ਅਗਰ ਤੁਸੀਂ ਦੇਖੋ ਨਵੈਕ ਬੋਰਡ ਤੋਂ ਸਟੱਡੀ +2 ਕਰੀ ਹੈ ਜਾਂ ਤੁਸੀਂ ਓਪਨ ਬੋਰਡ ਤੋਂ ਕਰੀ ਹੈ ਜਾਂ ਡਿਸਟੈਂਸ ਐਜੂਕੇਸ਼ਨ ਤੋਂ ਕਰੀ ਹੈ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਉਹਨਾਂ ਨੂੰ ਤੁਹਾਡੀ ਐਜੂਕੇਸ਼ਨ ਤੱਕ ਮਤਲਬ ਹੈ ਠੀਕ ਹੈ ਤੁਸੀਂ ਮਾਲਟਾ 'ਚ ਅਪਲਾਈ ਕਰ ਸਕਦੇ ਹੋ ਮਾਲਟਾ 'ਚ ਕਰ ਸਕਦੇ ਹੋ ਨੈਕਸਟ ਨੇ ਵਿਕਾਸ ਦਾ ਸਵਾਲ ਹੈ ਕਿ 12ਵੀਂ 54% ਨੰਬਰ ਕਮਰਸ ਦੇ ਨਾਲ ਕੀਤੀ ਹੈ ਅਤੇ BA 2019 ਦੇ ਵਿੱਚ ਕੰਪਲੀਟ ਕੀਤੀ ਹੈ PT ਵੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ 60 ≤ 54 ਸਕੋਰ ਹੈ ਤਾਂ ਕਿਹੜੀ ਕੰਟਰੀ ਅਪਲਾਈ ਕਰਨਾ ਚਾਹੀਦਾ ਕਿਉਂਕਿ 12ਵੀਂ ਦੇ ਨੰਬਰ ਘੱਟ ਸੀ ਇਸ ਕਰਕੇ ਉਹਨਾਂ ਦਾ ਇਹ ਸਵਾਲ ਹੈ ਦੇਖੋ ਮੈਂ ਉਸ ਦਿਨ
ਵੀ ਤੁਹਾਨੂੰ ਦੱਸ ਰਿਹਾ ਸੀ ਕਿ ਮਾਲਟਾ ਵਿੱਚ ਸਾਡੇ ਕੋਲ ਜਿਹੜੀਆਂ ਪ੍ਰੋਫਾਈਲਸ ਆ ਰਹੀਆਂ ਨੇ ਉਹ ਪ੍ਰੋਫਾਈਲਸ ਆ ਰਹੀਆਂ ਨੇ ਜਿਹੜੀਆਂ ਕੈਨੇਡਾ ਆਸਟ੍ਰੇਲੀਆ ਯੂਕੇ ਲਈ ਵੀ ਐਲੀਜੀਬਲ ਹੈ ਠੀਕ ਹੈ ਇਹ ਬੱਚਾ ਵੀ ਮਾਲਟਾ ਅਪਲਾਈ ਕਰ ਸਕਦਾ ਹੈ ਠੀਕ ਹੈ ਔਰ ਇਹਦਾ ਗੈਪ ਹੋਣ ਕਰਕੇ ਦੂਸਰੇ ਪਾਸੇ ਜੋ ਨਹੀਂ ਆ ਸਕਦਾ ਜਿਵੇਂ 60 ਓਵਰਆਲ ਹੈ 60 ਓਵਰਆਲ ਹਾਂਜੀ ਹਾਂ ਪੀਟੀ ਸਕੋਰ ਅੱਛਾ ਹੈ ਇਹਨਾਂ ਦਾ ਇਹ ਮਾਲਟਾ ਅਪਲਾਈ ਕਰ ਸਕਦਾ ਮਾਲਟਾ ਵੀ ਕਰ ਸਕਦੇ ਹੋ ਠੀਕ ਹੈ ਤਾਂ ਮਾਲਟਾ ਦੇ ਲਈ ਜਿਹੜੇ ਆਪਸ਼ਨਸ ਨੇ ਤੁਹਾਡੇ ਕੋਲ ਖੁੱਲੇ ਨੇ ਇਨਟੇਕ ਮਾਲਟਾ ਦੇ ਲਈ ਸਾਡੇ ਕੋਲ ਅਪ੍ਰੈਲ ਇਨਟੇਕ ਹੈ ਅਪ੍ਰੈਲ ਇਨਟੇਕ ਓਕੇ ਇਨਟੇਕ ਅਪ੍ਰੈਲ ਹੈ ਬਟ ਬਹੁਤ ਜਲਦੀ ਸੀਟਸ ਪੂਰੀਆਂ ਹੋ ਜਾਣੀਆਂ ਕਿਉਂਕਿ ਉੱਥੇ ਕਾਲਜਾਂ ਦਾ ਕੋਟਾ ਬਹੁਤ ਜ਼ਿਆਦਾ ਵੱਡਾ ਨਹੀਂ ਓਕੇ ਸਰ ਥੋੜਾ ਜਿਹਾ ਇੰਟਰਵਿਊ ਬਾਰੇ ਸਾਨੂੰ ਜ਼ਰੂਰ ਗਾਈਡ ਕਰੋ ਕਿ ਜਿਹੜੇ ਸਾਡੇ ਦਰਸ਼ਕ ਚੈਨਲ ਕਮੈਂਟ ਸੈਕਸ਼ਨ ਤੇ ਰਾਹੀਂ ਜਾਂ ਕਾਲ ਕਰਕੇ ਜੁੜਦੇ ਨੇ ਇੰਟਰਵਿਊ ਦੀ ਪ੍ਰਿਪਰੇਸ਼ਨ ਕੀ ਪ੍ਰੋਵਾਈਡਰਸ ਕਰਾ ਰਿਹਾ ਹੈ ਉਹਨਾਂ ਨੂੰ ਹਾਂਜੀ ਬਿਲਕੁਲ ਮੈਮ ਪ੍ਰੋਵਾਈਡਰਸ ਦਾ ਸਟਾਫ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਬੱਚਿਆਂ ਦੀ ਆਨਲਾਈਨ ਪ੍ਰੈਪਰੇਸ਼ਨ ਕਰਵਾਉਂਦਾ ਠੀਕ ਹੈ ਤੁਸੀਂ ਆਪਣੇ ਘਰੇ ਬੈਠ ਕੇ ਆਪਣੀ ਤਿਆਰੀ ਕਰੋ ਇੰਟਰਵਿਊ ਦੀ ਉਹਦੇ ਜੋ ਕੁਐਸਚਨਸ ਨੇ ਉਹ ਅਸੀਂ ਸਾਡੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇਹਨਾਂ ਸਵਾਲਾਂ ਦਾ ਆਹ ਜਵਾਬ ਹੈ ਤੁਸੀਂ ਆਹ ਜਵਾਬ ਦੇਣਾ ਸਾਡਾ ਸਟਾਫ ਤੁਹਾਨੂੰ ਡੇ ਬਾਈ ਡੇ ਤੁਹਾਡੇ ਇੰਪਰੂਵਮੈਂਟ ਲਿਆ ਕੇ ਦਿਖਾਏਗਾ ਔਰ ਕੁਐਸਚਨ ਇੰਟਰਵਿਊ ਦਾ ਕੋਈ ਬਹੁਤ ਜ਼ਿਆਦਾ ਟਫ ਨਹੀਂ ਹੁੰਦਾ ਕੋਈ ਬਹੁਤ ਜ਼ਿਆਦਾ ਇਹਦੀ ਹਾਰਡ ਐਂਡ ਫਾਸਟ ਜੇ ਕਹੀਏ ਕੋਈ ਟਿਪੀਕਲ ਲੈਂਗੁਏਜ ਨੂੰ ਲੈ ਕੇ ਇੱਦਾਂ ਦਾ ਕੁਛ ਨਹੀਂ ਹੈ ਬੜੇ ਨੋਰਮਲ ਜਿਹੇ ਕੁਐਸਚਨ ਨੇ ਜਿਹੜੇ ਬੱਚਿਆਂ ਦੇ ਪਿਛਲੇ ਇਨਟੇਕ ਦੇ ਵਿੱਚ ਆਫਰ ਸੋਰੀ ਇੰਟਰਵਿਊ ਆਈਆਂ ਨੇ ਉਹ ਕੀ ਪੁੱਛਿਆ ਤੁਸੀਂ ਕਿਹੜੀ ਸਟੱਡੀ 'ਚ ਜਾ ਰਹੇ ਹੋ ਤੁਸੀਂ ਕਿੰਨੀ ਫੀਸ ਪੇ ਕਰੀ ਹੈ ਰਾਈਟ ਰਾਈਟ ਔਰ ਤੁਸੀਂ ਈਵਨ ਇੱਕ ਨੂੰ ਪੁੱਛਿਆ ਤੇਰਾ ਪਾਸਪੋਰਟ ਨੰਬਰ ਕਿੰਨਾ ਹੈ ਵੀ ਤੈਨੂੰ ਮੂਜ ਤਾਂ ਯਾਦ ਹੈ ਕਿ ਨਹੀਂ ਯਾਦ ਹੈ ਕਿ ਨਹੀਂ ਠੀਕ ਹੈ ਬਸ ਇਸ ਤਰ੍ਹਾਂ ਦੇ ਛੋਟੇ ਛੋਟੇ ਕੁਐਸਚਨ ਠੀਕ ਹੈ ਤੇ ਇਹਨਾਂ ਸਵਾਲਾਂ ਦੀ ਜਿਹੜੀ ਤਿਆਰੀ ਹੈ ਜਾਂ ਕਿੱਦਾਂ ਸਵਾਲਾਂ ਨੂੰ ਜਿਹੜਾ ਆ ਸਮਝਣਾ ਹੈ ਉਹਦੀ ਜਿਹੜੀ ਅਪਡੇਸ਼ਨ ਹੈ ਉਹ ਤੁਹਾਡੇ ਨਾਲ ਪ੍ਰੋਵਾਈਡਰ ਜਿਹੜਾ ਉਹ ਸਾਂਝੀਆਂ ਕਰਦਾ ਰਹਿੰਦਾ ਸੋ ਸਰ ਫਿਲਹਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਕਮੈਂਟਸ ਹੋਰ ਵੀ ਬਹੁਤ ਸਾਰੇ ਨੇ ਤਾਂ ਅਸੀਂ ਅਗਲੇ ਐਪੀਸੋਡ 'ਚ ਬਾਕੀ ਕਮੈਂਟਸ ਨੂੰ ਵੀ ਪੜਾਵਾਂਗੇ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਏਗਾ ਸੋ ਥੈਂਕ ਯੂ ਸਰ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਇੱਦਾਂ ਜੁੜੇ ਰਹੋ ਤੁਸੀਂ ਕਾਲ ਵੀ ਸਾਨੂੰ ਕਰ ਸਕਦੇ ਹੋ ਜੋ ਕਾਲ 'ਤੇ ਕੀਤਾ ਤੁਹਾਡਾ ਸਵਾਲ ਹੈ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਕਾਲ 'ਤੇ ਸਵਾਲਾਂ ਨੂੰ ਵੀ ਤੁਹਾਡੇ ਰੂਬਰੂ ਕਰੀਏ ਔਰ ਕਮੈਂਟ ਜਿਹੜਾ ਹੈ ਤੁਸੀਂ ਉੱਥੇ ਵੀ ਸੈਕਸ਼ਨ 'ਚ ਸਾਡੇ ਨਾਲ ਜੁੜ ਕੇ ਆਪਣੇ ਸਵਾਲ ਸਾਂਝੇ ਕਰ ਸਕਦੇ ਹੋ ਫਿਰ ਤੋਂ ਹਾਜ਼ਰ ਹੋਵਾਂਗੇ ਰੱਖੋ ਧਿਆਨ ਧੰਨਵਾਦ ਸਤਿ ਸ਼੍ਰੀ ਅਕਾਲ